ਲਓ ਜੀ, ਬੈਂਸਾਂ ਅੱਡੇ 'ਤੇ ਖੜ੍ਹੇ ਜੀ ਅਸੀਂ, ਔਰ ਨੂਰਪੁਰ ਬੇਦੀ ਬਲੋਕ ਦਾ ਜ਼ਬਰਦਸਤ ਅੱਡਾ ਹੈਗਾ ਜੀ, ਬੈਂਸਾਂ ਦਾ ਅੱਡਾ, ਨਾਲ ਹੀ ਪਿੰਡ ਹੈਗਾ ਤਖਤਗੜ੍ਹ, ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ। ਕਹਿੰਦੇ ਜੀ ਬੈਂਸਾਂ ਦੀ ਪੰਜਾਬੀ ਜੁੱਤੀ ਬਹੁਤ ਮਸ਼ਹੂਰ ਹੈ, ਆਹ ਸਾਹਮਣੇ ਪੰਜਾਬੀ ਜੁੱਤੀਆਂ ਦੀ ਦੁਕਾਨ ਹੈ, ਦੋ ਦੁਕਾਨਾਂ ਇੱਥੇ, ਦੋਹੇ ਦਿਖਾਵਾਂਗੇ ਤੁਹਾਨੂੰ, ਬਣੇ ਰਹੋ ਅਖੀਰ ਤੱਕ ਅਤੇ ਆਪਣੀਆਂ ਯਾਦਾਂ ਤਾਜ਼ੀਆਂ ਕਰੋ। ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ? ਠੀਕ ਹੈ ਜੀ। ਮੈਂ ਕਿਹਾ ਜੁੱਤੀਆਂ ਬਹੁਤ ਮਸ਼ਹੂਰ ਹੈ, ਕਹਿੰਦੇ ਬੈਂਸਾਂ ਦੀਆਂ, ਮੈਂ ਕਿਹਾ ਦਿਖਾ ਦਈਏ, ਤੁਹਾਡਾ ਨਾਂ ਕੀ ਹੈ? ਮੇਰ ਚੰਦ ਹੈ ਮੈਨੂੰ। ਮੇਰ ਚੰਦ, ਅਤੇ ਤੁਹਾਡੇ ਪਿਤਾ ਜੀ ਦਾ ਨਾਂ? ਰੱਖੂ ਰਾਮ। ਰੱਖੂ ਰਾਮ, ਵਾਹ ਜੀ ਵਾਹ। ਕਿੰਨੀ ਤੁਸੀਂ ਸ਼ੁਰੂ ਤੋਂ ਇਹੀ ਕੰਮ ਕਰਦੇ ਜੁੱਤੀਆਂ ਦਾ, ਬਣਾਉਂਦੇ ਜੁੱਤੀਆਂ ਤੁਸੀਂ? ਅੱਛਾ, ਲਓ ਜੀ, ਇਸ ਦੁਕਾਨ ਤੋਂ ਜਿਨ੍ਹਾਂ ਨੇ ਜੁੱਤੀਆਂ ਬਣਾਈਆਂ ਹੋਈਆਂ ਜਾਂ ਖਰੀਦੀਆਂ ਹੋਈਆਂ ਤਾਂ ਜ਼ਰੂਰ ਕਮੈਂਟ ਕਰਿਓ। ਔਰ ਮੇਰ ਚੰਦ ਜੀ ਕਰ ਰਹੇ ਨੇ ਪੰਜਾਬੀ ਜੁੱਤੀਆਂ ਦੀ ਦੁਕਾਨ, ਔਰ ਦੇਖੋ ਪੰਜਾਬੀ ਵਿਰਸੇ ਦੇ ਨਾਲ ਸੰਬੰਧਿਤ ਹੈ, ਸਿੱਧਾ ਸਿੱਧਾ ਵਲੋਗ ਤੁਹਾਨੂੰ ਦੁਕਾਨ ਦਿਖਾਉਂਦੇ ਪੂਰੀ ਅੰਦਰੋਂ ਦੀ। ਆਹ ਦੇਖੋ ਜੀ, ਇਹਨਾਂ ਨੇ ਕੀਤਾ ਹੋਇਆ ਕਮਾਲ, ਕਿਸ ਤਰ੍ਹਾਂ ਬਣਾਈਆਂ ਹੋਈਆਂ ਪੰਜਾਬੀ ਜੁੱਤੀਆਂ। ਜਿਹੜੇ ਵੀ ਇਸ ਵਲੋਗ ਨੂੰ ਦੇਖ ਰਹੇ ਨੇ ਜੀ, ਇਹਨਾਂ ਦਾ ਟੈਲੀਫੋਨ ਨੰਬਰ ਅਸੀਂ ਡਿਸਕ੍ਰਿਪਸ਼ਨ 'ਚ ਦੇ ਦਾਂਗੇ ਜੀ, ਤੁਸੀਂ ਸੰਪਰਕ ਵੀ ਕਰ ਸਕਦੇ ਹੈ। ਅਤੇ ਤਖਤਗੜ੍ਹ ਬੈਂਸਾਂ ਜਿਹੜਾ ਅੱਡਾ ਹੈਗਾ, ਉਸ ਬੈਂਸਾਂ ਦੇ ਅੱਡੇ 'ਤੇ ਇਹਨਾਂ ਦੀ ਦੁਕਾਨ ਹੈ, ਬੜੀ ਪੁਰਾਣੀ ਦੁਕਾਨ ਹੈ ਜੀ। ਜਿਹੜੇ ਦੇਖੋ ਇਹ ਹੱਥੀਂ ਕੰਮ ਕਰਨ ਵਾਲੇ ਜਿਹੜੇ ਲੋਕ ਨੇ ਨਾ ਜੀ, ਮਿਹਨਤਕਸ਼ ਲੋਕ ਨੇ, ਇਹਨਾਂ ਨੂੰ ਅਸੀਂ ਦਿਖਾਉਂਦੇ ਹਾਂ ਅਤੇ ਇਹਨਾਂ ਦੀ ਕਾਰੀਗਰੀ ਦਿਖਾਉਂਦੇ ਹਾਂ ਜੀ। ਆਹ ਦੇਖੋ ਜੀ, ਪੰਜਾਬੀ ਜੁੱਤੀਆਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਹੈ ਲੋਕ ਬੈਠੇ ਇਸ ਵੀਡੀਓ ਨੂੰ ਦੇਖ ਰਹੇ ਨੇ ਜੀ, ਬੈਂਸਾਂ ਦੇ ਅੱਡੇ 'ਤੇ ਹੈਗੀ ਨੂਰਪੁਰ ਬੇਦੀ ਦੇ ਨਾਲ ਹੀ ਹੈ ਜੀ ਇਹ ਬਲੋਕ। ਇੱਥੇ ਦੀਆਂ ਜਿਹੜੀਆਂ ਪੰਜਾਬੀ ਜੁੱਤੀਆਂ ਬਹੁਤ ਮਸ਼ਹੂਰ ਹੈ। ਔਰ ਦੇਖੋ ਜੀ, ਸਮਾਂ ਬਦਲ ਰਿਹਾ, ਲੋਕ ਜਿਹੜੇ ਹੈ ਬੇਸ਼ੱਕ ਫੈਸ਼ਨੇਬਲ ਹੋ ਗਏ, ਪਰ ਪੰਜਾਬੀ ਜੁੱਤੀਆਂ ਹਜੇ ਵੀ ਚੱਲਦੀਆਂ। ਕੀ ਕਹਿੰਦੇ ਜੀ, ਚੱਲਦੀਆਂ ਹਜੇ ਵੀ? ਬਹੁਤ ਹੈ ਜੀ, ਬਹੁਤ ਵਿਕਦੀਆਂ, ਪੂਰੀ ਡਿਮਾਂਡ ਹੈਗੀ ਹੈ, ਫਿਰ ਪੰਜਾਬੀ ਜ਼ਿੰਦਾਬਾਦ ਹੈ ਕੰਮ ਹੈ, ਟਾਈਮ ਹੋਈ ਜਾਂਦਾ। ਹਾਂ, ਪਹਿਲਾਂ ਜਿਹੜੀਆਂ ਹੈ ਦੇਖੋ ਇੱਕ ਵਾਰੀ ਡਾਊਨ ਆ ਗਿਆ ਸੀ, ਲੇਕਿਨ ਹੁਣ ਦੁਬਾਰਾ ਫਿਰ ਚੱਲ ਪਏ ਇੱਧਰ ਨੂੰ। ਹਾਂਜੀ, ਚੱਲ ਪਏ। ਅੱਛਾ, ਆਲੇ ਦੁਆਲੇ ਦੇ ਪਿੰਡ ਕਿਹੜੇ ਕਿਹੜੇ ਆਪਣੇ ਇੱਥੇ ਜੀ? ਪਿੰਡ ਇੱਥਾਂ ਬਥੇਰੇ। ਕਿਹੜੇ ਕਿਹੜੇ ਦੱਸਿਓ ਜਰਾ, ਕਿਹੜਾ ਪਿੰਡ ਹੈ ਤੁਹਾਡਾ? ਅਸੀਂ ਤਾਂ ਰੋਪੜ 'ਤੇ ਆਏ ਹਾਂ। ਰੋਪੜ 'ਤੇ ਆਏ? ਹਾਂਜੀ। ਠੀਕ ਹੈ, ਕਰੋ ਸਟਾਰਟ ਫਿਰ, ਦੱਸੋ ਜੀ ਪਿੰਡਾਂ ਦੇ ਨਾਂ। ਪਿੰਡ ਬੈਂਸ, ਦੋ ਇੱਕ ਬੈਂਸ ਹੈ ਇੱਥਾ, ਇੱਕ ਥੱਲਾ ਬੈਂਸ ਹੈ। ਹਾਂਜੀ, ਉਹਦੇ ਗਾਂ ਹੈਗਾ ਭੌਲ, ਭੌਲ ਅਤੇ ਗਾਂ ਸਰਾਂ ਹੈਗੀ, ਸਰਾਂ ਦੇ ਪਿੱਛੋਂ ਮੁੜਿਆ ਫਿਰ, ਫਿਰ ਪਿੱਛੇ ਮੁੜਕਾ ਲਹਿੜੀਆਂ, ਹਾਲਤਪੁਰ ਜੀ, ਫਿਰ ਆ ਜਾ ਔਲਖਾਂ, ਔਲਖਾਂ, ਔਲਖਾਂ ਉਹਦੇ ਗਾਂ ਇੱਧਰ ਰਾਜਾ ਮੁੰਨੇ, ਮੁੰਨੇ ਦੇ ਨਾਲ ਹੈਗਾ ਰਾਏ ਸਾਹਿਬ, ਰਾਏ ਰਾਏ, ਤਾਂ ਫਿਰ ਇੱਧਰ ਮੁੜ ਜਾ ਘੜੀਸਵਰਾ, ਤਾਂ ਫਿਰ ਇੱਧਰ ਮੁੜ ਜਾ ਤਖਤਗੜ੍ਹ, ਫਿਰ ਆ ਗਿਆ ਮੁੜਕਾ ਤਖਤਗੜ੍ਹ ਆ ਗਿਆ ਜੀ। ਵਾਹ ਜੀ ਵਾਹ, ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਆਉਂਦੇ ਜੀ ਤੁਹਾਡੇ ਕੋਲ? ਕਿੱਥੋਂ ਕਿੱਥੋਂ ਤੱਕ ਤਾਂ ਗਾਹਕ ਆਉਂਦਾ ਤੁਹਾਡੇ ਕੋਲ? ਸਾਡੇ ਕੋਲ ਦੇਖਦਾ ਬਈ ਗਾਹਕ ਨਾਲਾਗੜ੍ਹ ਤਾਈ ਆਉਂਦਾ। ਅੱਛਾ, ਨਾਲਾਗੜ੍ਹ ਤੱਕ ਆਉਂਦਾ ਗਾਹਕ? ਨਾਲਾਗੜ੍ਹ, ਨਾਲਾਗੜ੍ਹ ਤਾਈ ਗਾਹਕ ਆਉਂਦਾ ਤੁਹਾਡੇ ਕੋਲ? ਚੰਡੀਗੜ੍ਹ, ਚੰਡੀਗੜ੍ਹ ਵਾਲੇ ਵੀ ਆ ਜਾਂਦੇ, ਚੰਡੀਗੜ੍ਹ ਵਾਲੇ ਵੀ ਮੱਥਾ ਟੇਕਣ ਆਉਂਦੇ ਹੈ ਨੂਰਪੁਰ, ਹਾਂ ਬਾਬਿਆਂ ਦਾ, ਹਾਂ, ਤਾਂ ਫਿਰ ਉਹ ਲੈ ਜਾਂਦੇ ਪੰਜ ਪੰਜ ਚਾਰ 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 ਪੰਜ ਪੰਜ ਸੱਟ ਲੈ ਜਾਂਦੇ ਜੀ। ਉਹ ਤਾਂ ਮਹਿੰਗੀਆਂ ਜ਼ਿਆਦਾ, ਹਾਂ ਮਹਿੰਗੀਆਂ ਜ਼ਿਆਦਾ ਨਾ ਉੱਥੇ, ਉੱਥੇ ਮਹਿੰਗੀਆਂ ਜ਼ਿਆਦਾ। ਦੇਖੋ ਜੀ, ਚੰਡੀਗੜ੍ਹ ਵਾਲਿਆਂ ਨੂੰ ਨਿਯੋਤਾ ਦੇ ਰਹੇ ਹਾਂ ਜੀ, ਜੇਕਰ ਨੂਰਪੁਰ ਬੇਦੀ ਬਲੋਕ 'ਚ ਕਦੀ ਆਉਂਦੇ ਹੋ ਤਾਂ ਇਸ ਦੁਕਾਨ 'ਤੇ ਜ਼ਰੂਰ ਪਹੁੰਚਿਓ, ਬੈਂਸਾਂ ਅੱਡੇ 'ਤੇ ਦੁਕਾਨ ਹੈ। ਇਹ ਬਜ਼ੁਰਗ ਕਹਿ ਰਹੇ ਨੇ ਜੀ ਚੰਡੀਗੜ੍ਹ ਦੇ ਨਾਲੋਂ ਕਿਤੇ ਰੇਟ ਸਸਤਾ ਜੀ। ਦੇਖੋ ਜੀ, ਆਉਣ ਜਾਣ ਦਾ ਕਿਰਾਇਆ ਬਿਲਕੁਲ, ਤੁਹਾਡਾ ਜਿਹੜਾ ਪੈਟਰੋਲ ਦਾ ਖਰਚਾ ਨਿਕਲ ਜਾਊਗਾ। ਕਾਰਨ ਹੈ ਕਿ ਏਰੀਆ ਵੀ ਬਹੁਤ ਵਧੀਆ, ਨਾਲੇ ਘੁੰਮੋ ਫਿਰੋ,
ਦੋ ਰਿਜ਼ੋਰਟਸ ਹੈਗੇ ਜੀ ਇਸ ਏਰੀਏ ਦੇ ਵਿੱਚ, ਕਿੱਕਰ ਲੌਜ ਹੈਗਾ, ਬਰੋਟਾ ਫਾਰਮ ਹੈ, ਔਰ ਇਤਿਹਾਸਕ ਜਿਹੜਾ ਏਰੀਆ, ਇੱਕ ਇੱਕ ਪਿੰਡ ਜਿਹੜਾ ਨਾ ਜੀ ਇਸ ਬਲੋਕ ਦਾ ਬੜਾ ਜ਼ਬਰਦਸਤ ਹੈ, ਕੁਦਰਤ ਦੇ ਨਾਲ ਲਬਰੇਜ਼ ਹੈਗਾ ਨੂਰਪੁਰ ਬੇਦੀ ਇਸ ਬਲੋਕ 'ਚ ਆਓ। ਨਾਲੇ ਜਿਹੜਾ ਹੈ ਤੁਸੀਂ ਆਹ ਪੰਜਾਬੀ ਜੁੱਤੀਆਂ ਜਿਹੜੀਆਂ ਹੈ ਚੰਡੀਗੜ੍ਹ ਤੋਂ ਬਹੁਤ ਘੱਟ ਰੇਟਾਂ 'ਤੇ ਤੁਸੀਂ ਲੈ ਕੇ ਜਾ ਸਕਦੇ, ਲੋਕ ਲੈ ਕੇ ਜਾਂਦੇ ਨੇ, ਖਰੀਦ ਕੇ ਜਾਂਦੇ ਨੇ। ਇੱਕ ਦੁਕਾਨ ਹੋਰ ਦਿਖਾਉਣੀ ਤੁਹਾਨੂੰ, ਬਣੇ ਰਹੋ। ਉਹ ਤੁਹਾਡੇ ਭਤੀਜਾ ਜੀ ਹੈ ਜਿਹੜੇ, ਦੂਜੀ ਦੁਕਾਨ ਮਹਿੰਦਰ ਦੀ ਦੁਕਾਨ, ਇੱਕ ਉਹ ਬਲਵੀਰ ਪੰਜਾਬੀ ਜੁੱਤੀ ਵੀ ਹੈਗੀ ਹੈ, ਉਹ ਦੋ ਤਿੰਨ ਦੁਕਾਨਾਂ ਜੀ ਇੱਥੇ ਪੰਜਾਬੀ ਜੁੱਤੀਆਂ ਦੀਆਂ, ਇੱਕ ਉਹ ਸਾਹਮਣੇ ਵੀ ਹੈਗੀ ਹੈ ਜੀ। ਲਓ ਜੀ, ਜਿੱਥੇ ਤਿੰਨ ਚਾਰ ਦੁਕਾਨਾਂ ਹੋਣ ਵਾਕਈ ਉਹ ਏਰੀਆ ਜਿਹੜਾ ਹੈ ਮਸ਼ਹੂਰ ਹੁੰਦਾ। ਪੰਜਾਬੀ ਜੁੱਤੀਆਂ ਦੀ ਇੱਕ ਹੋਰ ਦੁਕਾਨ ਦਿਖਾਉਂਦੇ ਤੁਹਾਨੂੰ, ਬਣੇ ਰਹੋ ਅਖੀਰ ਤੱਕ ਵਲੌਗ ਦੇ ਵਿੱਚ। ਔਰ ਅਸੀਂ ਇਸ ਸਮੇਂ ਜਿਹੜਾ ਹੈ ਬੈਂਸਾਂ ਅੱਡੇ ਤੋਂ ਤਖਤਗੜ੍ਹ ਵਾਲੇ ਪਾਸੇ ਨੂੰ ਜਾ ਰਹੇ ਹਾਂ, ਅਤੇ ਇੱਥੇ ਇੱਕ ਮਹਿੰਦਰ ਹੈਗੇ ਹੈ ਪੰਜਾਬੀ ਜੁੱਤੀਆਂ ਵਾਲੇ, ਬੜੇ ਮਸ਼ਹੂਰ ਹੈ। ਹੁਣ ਅਸੀਂ ਉਹ ਦਿਖਾਉਂਦੇ ਹਾਂ ਤੁਹਾਨੂੰ ਜਿਨ੍ਹਾਂ ਦਾ ਇਸ ਪਿੰਡ ਦੇ ਨਾਲ ਵਾਹ ਵਾਸਤਾ ਹੈ ਜਾਂ ਇਸ ਪਿੰਡ ਨਾਲ ਸੰਬੰਧਿਤ ਲੋਕ ਹੈਗੇ, ਉਹ ਜ਼ਰੂਰ ਕਰਿਓ ਕਮੈਂਟ ਅਤੇ ਇਸ ਵਲੌਗ ਨੂੰ ਸ਼ੇਅਰ ਕਰਿਓ, ਅਤੇ ਆਪਣਾ ਨਾਂ ਅਤੇ ਆਪਣੇ ਪਿੰਡ ਦਾ ਨਾਂ ਜਿੱਥੋਂ ਤੁਸੀਂ ਵਲੌਗ ਦੇਖ ਰਹੇ ਹੋ ਲਿਖ ਕੇ ਹਾਜ਼ਰੀ ਲਵਾਇਓ। ਤੁਸੀਂ ਕਦੋਂ ਤਖਤਗੜ੍ਹ ਆਏ ਸੀ, ਕਦੋਂ ਤੁਸੀਂ ਬੈਂਸਾਂ ਦੇ ਵਿੱਚ ਆਏ ਸੀ, ਇਸ ਗੱਲ ਦਾ ਜ਼ਿਕਰ ਵੀ ਜ਼ਰੂਰ ਕਰਿਓ। ਨਮਸਕਾਰ ਜੀ। ਲਓ ਜੀ, ਅਸੀਂ ਮੈਂ ਕਿਹਾ ਕਹਿੰਦੇ ਚੰਡੀਗੜ੍ਹ ਵਾਲੇ ਲੋਕ ਵੀ ਇੱਥੇ ਆਉਂਦੇ ਆ ਜੀ ਇਸ ਏਰੀਏ 'ਚ। ਨਾਂ ਕੀ ਤੁਹਾਡਾ ਜੀ? ਮਹਿੰਦਰ ਸਿੰਘ ਆ ਜੀ। ਮਹਿੰਦਰ ਸਿੰਘ ਜੀ ਕਹਿੰਦੇ ਹਾਂ, ਤੁਸੀਂ ਕਰੀ ਚੱਲੋ ਆਪਣਾ ਕੰਮ, ਅਸੀਂ ਇਹ ਕੈਮਰੇ 'ਚ ਇਹੀ ਤਾਂ ਦਿਖਾ। ਪੰਜਾਬੀ ਜੁੱਤੀ ਬਹੁਤ ਵਿਕਦੀ ਜੀ ਇੱਥੇ ਜੀ। ਪੰਜਾਬੀ ਜੁੱਤੀ ਬਹੁਤ ਵਿਕਦੀ ਹੈ ਸਾਡੇ ਅੱਡੇ ਦੀ। ਹਾਂਜੀ, ਬਹੁਤ ਸੇਲ ਹੋ ਜਾਂਦੀ ਜੀ ਇੱਥੇ। ਕਹਿੰਦੇ ਚੰਡੀਗੜ੍ਹ ਵਾਲੇ ਲੋਕ ਜਿਹੜੇ ਇੱਥੋਂ ਲੈ ਕੇ ਜਾਂਦੇ, ਚੰਡੀਗੜ੍ਹ ਬਹੁਤ ਰੇਟ ਹੈਗਾ ਹੈ ਜ਼ਿਆਦਾ, ਸਾਡਾ ਠੀਕ ਰੇਟ ਨਾਲ ਦਿੰਦੇ ਜੀ ਅਸੀਂ। ਹਾਂ, ਲਓ ਜੀ, ਆਹ ਹੈ ਮਹਿੰਦਰ, ਬਹੁਤ ਮਿਹਨਤ ਕਸ਼ ਦੇਖੋ ਲੱਗੇ ਹੋਏ ਇਸ ਸਮੇਂ, ਇੱਕ ਬੋਰਡ ਦੀ ਰਿਪੇਅਰ ਕਰ ਰਹੇ ਹੈ। ਰਿਪੇਅਰ ਦਾ ਕੰਮ ਵੀ ਕਰੀ ਜਾਂਦੇ ਨਾਲ ਨਾਲ? ਹਾਂਜੀ ਹਾਂਜੀ, ਰਿਪੇਅਰ ਵੀ ਕਰੀ ਜਾਂਦੇ ਆ, ਠੀਕ ਹੈ, ਹੱਥੀਂ ਕੰਮ ਕਰਨਾ ਚਾਹੀਦਾ। ਅਤੇ ਆਹ ਪਾਇਓ ਇਹਨਾਂ ਦੀ ਦੁਕਾਨ 'ਤੇ ਕੈਮਰਾ ਜਿਹੜਾ, ਇੱਕ ਇੱਕ ਜੁੱਤੀ ਦਿਖਾਓ ਇਹਨਾਂ ਦੀ, ਪੰਜਾਬੀ ਜੁੱਤੀ। ਦੇਖੋ ਅਸੀਂ ਪੰਜਾਬੀ ਵਿਰਸੇ 'ਤੇ ਕੰਮ ਕਰਦੇ ਹਾਂ, ਮਿਹਨਤ ਕਸ਼ ਲੋਕਾਂ ਨੂੰ ਦਿਖਾਉਂਦੇ ਹਾਂ। ਮੈਂ ਇੱਕ ਵਾਰੀ ਫਿਰ ਕਹਾਂ ਕਿ ਜੇਕਰ ਤੁਸੀਂ ਨੂਰਪੁਰ ਬੇਦੀ ਬਲੋਕ 'ਚ ਆਉਂਦੇ ਹੋ ਤਾਂ ਤੁਸੀਂ ਇਹ ਜਿਹੜੀ ਦੁਕਾਨ ਜਿਹੜੀ ਹੈ ਮਹਿੰਦਰ ਸਿੰਘ ਦੀ ਵੀ ਵਿਜ਼ਿਟ ਕਰਿਓ। ਔਰ ਇਹ ਦੁਕਾਨ ਜਿਹੜੀ ਹੈ ਬੈਂਸਾ ਅੱਡੇ 'ਤੇ ਹੀ ਹੈ, ਬੜੀ ਜ਼ਬਰਦਸਤ ਦੁਕਾਨ ਹੈ, ਬੜੀ ਪੁਰਾਣੀ ਦੁਕਾਨ ਹੈ। ਗੱਲਬਾਤ ਇਹਨਾਂ ਨਾਲ ਕਰਦੇ ਹਾਂ। ਪਹਿਲਾਂ ਕੌਣ ਕਰਦਾ ਜੀ? ਤੁਹਾਡੇ ਪਿਤਾ ਜੀ ਕਰਦੇ ਸੀਗੇ? ਪਿਤਾ ਜੀ ਦੇ ਪਾਪਾ ਜੀ। ਕੀ ਨਾਮ ਜੀ ਉਹਨਾਂ ਦਾ? ਸ੍ਰੀ ਰਾਮ ਆਸਰਾ ਜੀ। ਰਾਮ ਆਸਰਾ ਜੀ। ਔਰ ਦਾਦਾ ਜੀ ਦਾ ਨਾਮ? ਰੱਖੂ ਰਾਮ ਜੀ। ਰੱਖੂ ਰਾਮ। ਅੱਛਾ, ਉਹ ਜਿਹੜੀ ਬਾਹਰ ਵਾਲੀ ਦੁਕਾਨ ਵੀ ਮੇਰੇ ਖਿਆਲ ਤੁਹਾਡੀ ਹੋਵੇ? ਹਾਂਜੀ, ਉਹ ਮੇਰੇ ਚਾਚਾ ਜੀ। ਉਹ ਚਾਚਾ ਜੀ, ਉਹ ਕਹਿੰਦੇ ਉਹ ਮੇਰਾ ਭਤੀਜਾ ਜੀ। ਹੈ, ਇੱਦਾਂ ਬਣਦੀ ਗੱਲ ਹੈ? ਚਾਚਾ ਭਤੀਜਾ ਜੀ। ਚਾਚਾ ਭਤੀਜਾ, ਚਾਚਾ ਭਤੀਜਾ। ਹਾਂ, ਦੋਹਾਂ ਨੇ ਕਬਜ਼ਾ ਕੀਤਾ ਪੂਰਾ ਲੋਕਾਂ ਦੇ ਦਿਲਾਂ ਦੇ ਉੱਤੇ। ਹੈ, ਦੁਕਾਨਾਂ ਵੀ ਛਾਏ ਹੋਏ ਹੈ। ਲਓ ਜੀ, ਆਹ ਦੇਖੋ ਇਕੱਲੀ ਇਕੱਲੀ ਚੀਜ਼ ਦੇਖਣ ਵਾਲੀ ਹੈ। ਮੈਂ ਅਕਸਰ ਕਹਿੰਦਾ ਹੁੰਦਾ ਕਿ ਦੇਖੋ ਹੱਥੀਂ ਕੰਮ ਕਰਨ ਵਾਲੇ ਲੋਕ ਜਿਹੜੇ ਹੈ, ਮਿਹਨਤ ਕਸ਼ ਲੋਕ ਹੈ, ਇਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ। ਆਹ ਤੁਹਾਨੂੰ ਇੱਕ ਦਿਖਾਉਂਦੇ ਹਾਂ ਪੰਜਾਬੀ ਜੁੱਤੀ ਦੀ। ਮਹਿੰਦਰ ਜੀ, ਆਹ ਜਿਹੜੀ ਹੈ ਇਹ ਬੜੀ ਕਲਾਸਿਕ ਜੁੱਤੀ ਜਿਹੜੀ ਹੈ, ਇਹਦੀ ਪ੍ਰਾਈਸ ਦੱਸੋ ਕੀ ਹੈ ਰੇਟ ਇਹਦਾ ਜੀ? 300 ਰੁਪਏ। 300 ਰੁਪਏ, ਸਿਰਫ 300 ਰੁਪਇਆ? ਵਾਹ ਜੀ ਵਾਹ। ਆਹ ਦੇਖੋ ਜੀ, ਕੈਮਰਾ ਪਾਇਓ। ਇਹ ਜੇਕਰ ਚੰਡੀਗੜ੍ਹ ਦੇ ਅਲਾਂਟੇ ਮਾਲ ਦੇ ਵਿੱਚ ਲੱਗੀ ਹੋਵੇ ਨਾ, ਜੇ ਕਿਸੇ ਵੀ ਬੈਸਟ ਟੈਕ ਮਾਲ ਦੇ ਵਿੱਚ ਲੱਗੀ ਹੋਵੇ ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਔਰ ਘੱਟੋ ਘੱਟ 2500-2700 ਰੁਪਏ ਦੀ ਹੋਏਗੀ। ਕਿਉਂ ਸਰਪੰਚ ਸਾਹਿਬ, ਕੀ ਕਹਿੰਦੇ? ਠੀਕ ਹੈ ਨਾ ਜੀ? ਸਰਪੰਚ ਸਾਹਿਬ ਵੀ ਬੈਠੇ ਤਖਤਗੜ੍ਹ ਦੇ। ਆਹ ਦੇਖੋ ਜੀ, ਸਰਪੰਚ ਸਾਹਿਬ ਤੁਹਾਡੀ ਹਾਜ਼ਰੀ ਵੀ ਕੈਮਰੇ 'ਤੇ ਲਵਾ ਰਹੇ ਹੈ।
ਔਰ ਇਹ ਜੁੱਤੀ ਜਿਹੜੀ ਹੈ ਸਿਰਫ 300 ਰੁਪਏ ਦੀ। ਔਰ ਮੈਂ ਤਾਂ ਕਹਿੰਦਾ ਕਿ ਇਸ ਏਰੀਏ 'ਚ ਨਾਲੇ ਘੁੰਮਣ ਫਿਰਨ ਆਓ, ਨਾਲੇ ਮੱਥਾ ਟੇਕ ਜਾਓ, ਨਾਲੇ ਆਉਂਦੇ ਜਾਂਦੇ ਜਿਹੜੀ ਇਹ ਸ਼ੋਪਿੰਗ ਕਰ ਜਾਓ, ਅਲਾਂਟੇ ਮਾਲ ਦਾ ਖਰਚਾ ਨਿਕਲ ਜੂਗਾ ਸਾਰਾ, ਹੈ ਨਾ ਜੀ। ਆਹ ਦੇਖੋ, ਹਾਂ ਇੱਦਾਂ ਹੀ ਕਰਦੇ, ਉੱਥੇ ਇੱਦਾਂ ਹੀ ਕਰਦੇ। ਅੱਛਾ, ਸਮਾਨ ਤੁਹਾਡੇ ਅੱਡੇ ਤੋਂ ਹੀ ਲੈ ਜਾਂਦੇ ਆ? ਹਾਂ, ਮੋਹਾਲੀ ਚੰਡੀਗੜ੍ਹ ਜਾਂਦਾ ਤੁਹਾਡਾ ਮਾਲ? ਹਾਂ ਜੀ, ਮੋਹਾਲੀ ਚੰਡੀਗੜ੍ਹ ਜਾਂਦਾ। ਜੁੱਤੀਆਂ ਦਾ ਤੇ ਇਹਨਾਂ ਪਿਤਾ ਪੁਰਖੀ ਕੀਤਾ, ਡੈਡੀ ਵੀ, ਇਹਦੇ ਦਾਦਾ ਜੀ ਵੀ, ਮਤਲਬ ਪਹਿਲਾਂ ਤੋਂ ਹੀ ਇਹ ਕੰਮ ਕਰਦੇ ਆ, ਔਰ ਬਹੁਤ ਹੀ ਏਰੀਆ ਚ ਮਸ਼ਹੂਰ ਜੁੱਤੀਆਂ ਦੀ ਦੁਕਾਨ ਹੈ। ਕੀ ਕਹਿੰਦੇ, ਤਖਤਗੜ੍ਹ ਦੀ ਜੁੱਤੀ ਬਹੁਤ ਮਸ਼ਹੂਰ ਹੈ, ਬੈਂਸਾ ਦੀ ਜੁੱਤੀ ਹੈ ਜੀ, ਬਹੁਤ ਮਸ਼ਹੂਰ ਹੈ ਜੀ, ਬਿਲਕੁਲ। ਇਹ ਦੁਕਾਨ ਹੁਣ ਬੈਂਸਾ 'ਚ ਪੈਂਦੀ ਕਿ ਤਖਤਗੜ੍ਹ 'ਚ ਪੈਂਦੀ? ਇਹ ਦੁਕਾਨ ਫਿਲਹਾਲ ਬੈਂਸਾ 'ਚ ਪੈਂਦੀ ਹੈ, ਪਰ ਜੋ ਇਹ ਬਣਾਉਣ ਵਾਲੇ ਨੇ, ਕਾਰੀਗਰ ਨੇ, ਇਹ ਤਖਤਗੜ੍ਹ ਦੇ ਨਿਵਾਸੀ। ਇਹ ਤਖਤਗੜ੍ਹ ਦੇ ਨਿਵਾਸੀ, ਦੁਕਾਨ ਬੈਂਸਾ 'ਚ ਪੈਂਦੀ, ਦੁਕਾਨ ਬੈਂਸਾ 'ਚ। ਪਹਿਲਾਂ ਇਹਨਾਂ ਦੀ ਦੁਕਾਨ ਜਿਹੜੀ ਤੁਹਾਨੂੰ ਆਪਾਂ ਦਿਖਾਵਾਂਗੇ, ਪੁਰਾਣਾ ਬਾਜ਼ਾਰ ਤਖਤਗੜ੍ਹ ਦਾ, ਉੱਥੇ ਵੀ ਇਹਨਾਂ ਦੇ ਪਿਤਾ ਜੀ ਦੁਕਾਨ ਕਰਦੇ ਰਹੇ। ਅੱਛਾ, ਅੰਦਰ ਵੀ ਦੁਕਾਨ ਕਰਦੇ? ਉਹ ਤੁਹਾਨੂੰ ਪੁਰਾਣੀ ਦੁਕਾਨ ਦਿਖਾਈ ਜਾਊਂਗੀ ਨਾ ਦੀ, 25-30 ਸਾਲ ਦੇ ਇੱਥੇ। ਹਾਂ, 25-30 ਸਾਲ ਨੇ, ਉੱਥੇ ਵੀ ਦੁਕਾਨ ਕੀਤੀ ਪੁਰਾਣੇ ਬਾਜ਼ਾਰ ਦੇ ਵਿੱਚ, ਤੇ ਉਹ ਵੀ ਤੁਹਾਨੂੰ ਦੁਕਾਨ ਦਿਖਾਵਾਂਗੇ ਜਿਹੜੀ ਹੈਗੀ ਹੈ। ਵਾਹ ਜੀ ਵਾਹ ਜੀ। ਦੇਖੋ ਜੀ, ਇੱਕ ਐਗਜ਼ਾਮਪਲ ਦਿੱਤੀ ਆ, ਆਹ ਹੈ ਪੰਜਾਬੀ ਜੁੱਤੀ, ਤੁਹਾਨੂੰ ਮੈਂ ਦਿਖਾ ਦਿੱਤਾ ਜੀ, ਕਿੰਨੀ ਸੋਹਣੀ ਜੁੱਤੀ ਹੈ, 300 ਰੁਪਏ ਦੇ ਵਿੱਚ ਹੈ, ਔਰ ਤਖਤਗੜ੍ਹ ਬੈਂਸਾ ਦੇ ਅੱਡੇ 'ਤੇ 3-4 ਦੁਕਾਨਾਂ। ਤਾਂ ਅਸੀਂ ਪੰਜਾਬੀ ਵਿਰਸੇ ਨੂੰ ਪ੍ਰਮੋਟ ਕਰਦੇ ਹਾਂ ਅਤੇ ਨਾਲ ਉਹਨਾਂ ਮਿਹਨਤਕਸ਼ ਲੋਕਾਂ ਨੂੰ ਵੀ ਪ੍ਰਮੋਟ ਕਰਦੇ ਹਾਂ। ਦੇਖੋ, ਵਿਚਲੇ ਜਦੋਂ ਦਲਾਲ ਪੈ ਜਾਂਦੇ ਨੇ ਸਰਪੰਚ ਸਾਹਿਬ, ਤਾਂ ਚੀਜ਼ ਦਾ ਰੇਟ ਵੱਧ ਜਾਂਦਾ। ਹਾਂਜੀ, ਇਹ ਜਿੰਨੀਆਂ ਵੀ ਪੰਜਾਬੀ ਜੁੱਤੀ ਦੀ ਦੁਕਾਨਾਂ ਹੈ ਬੈਂਸਾ ਅੱਡੇ ਦੇ ਵਿੱਚ, ਉਹ ਲਗਭਗ ਸਾਰੀਆਂ ਸਾਡੀਆਂ ਹੈ, ਤਖਤਗੜ੍ਹ ਦੀਆਂ ਹੋਈ ਹੈ। ਅੱਛਾ, ਜਿੰਨੇ ਵੀ ਉਹਦੇ ਨਾਲ ਮੁੰਡਾ ਬੈਠਾ, ਜੱਗੀ ਬੈਠਾ, ਉਹ ਵੀ ਸਾਡਾ ਹੀ ਆ, ਪਿੰਡ ਦਾ ਹੀ ਹੈ, ਇਹ ਵੀ ਸਾਡੇ ਪਿੰਡ ਦੇ ਪਿਛਲੇ ਪਾਸੇ, ਉਹਦੇ ਗਾਹਾਂ COG ਹੈ, ਉਹ ਸਾਹਮਣੇ ਗੋਗਲ ਕੁਮਾਰ ਜੀ ਹੈ। ਅੱਛਾ, ਉਹਨਾਂ ਦੀ ਸਾਰੀਆਂ ਦੁਕਾਨਾਂ ਲਗਭਗ ਸਾਡੀਆਂ ਤਖਤਗੜ੍ਹ ਦੀਆਂ ਹੋਈ ਹੈ। ਦੁਕਾਨਦਾਰ ਸਾਡੇ ਤਖਤਗੜ੍ਹ ਦੇ, ਦੁਕਾਨਦਾਰ ਤਖਤਗੜ੍ਹ ਦੇ, ਤਾਂ ਆਪਾਂ ਕਹਿ ਸਕਦੇ ਹਾਂ ਵੀ ਤਖਤਗੜ੍ਹ ਦੀ ਜੁੱਤੀ ਮਸ਼ਹੂਰ ਹੈ, ਬੇਸ਼ੱਕ ਬੈਂਸਾ ਅੱਡਾ ਪਿੰਡ ਤਖਤਗੜ੍ਹ ਦੇ ਆ ਜੀ, ਚਾਰੇ ਪੰਜੇ। ਚਾਚਾ ਭਤੀ। ਅੱਛਾ, ਕਿਹੜੇ ਕਿਹੜੇ ਥਾਵਾਂ ਤੋਂ ਲੋਕ ਖਰੀਦਣ ਆਉਂਦੇ ਜੁੱਤੀਆਂ? ਚੰਡੀਗੜ੍ਹ, ਮੋਹਾਲੀ ਜੀ, ਅੰਬਾਲਾ ਜੀ, ਅੱਛਾ, ਇੱਧਰ ਮਰਿੰਡਾ ਸਾਈਡ ਜੀ, ਨੰਗਲ ਸਾਈਡ, ਇੱਧਰ ਗੜ ਸ਼ੰਕਰ, ਨਵਾਂ ਸ਼ਹਿਰ ਏਰੀਆ ਜੀ, ਜੀ ਰੋਪੜ ਏਰੀਆ ਸਾਰਾ ਆਉਂਦਾ ਜੀ। ਰੋਪੜ ਏਰੀਆ ਦਾ, ਹਿਮਾਚਲ ਚੋਂ ਆਉਂਦੇ? ਹਿਮਾਚਲ ਦੇ ਵੀ ਆਉਂਦੇ ਜੀ, ਹਿਮਾਚਲ ਦਾ ਨਾਲ ਹੀ ਲੱਗਦਾ ਜੀ, ਆਨੰਦਪੁਰ ਸਾਹਿਬ, ਹਾਂਜੀ, ਨੈਣ ਦੇਵੀ ਸਾਈਡ, ਇੱਧਰ ਕੈਂਚੀ ਮੋੜ ਸਾਈਡ ਜੀ, ਸਾਰੇ ਨਾਲਾਗੜ੍ਹ ਆਉਂਦੇ ਜੀ। ਲਓ ਜੀ, ਇੱਕ ਕੰਮ ਕਰਿਓ, ਜਿਨ੍ਹਾਂ ਜਿਨ੍ਹਾਂ ਨੇ ਤਖਤਗੜ੍ਹ ਬੈਂਸਾ ਅੱਡੇ ਤੋਂ ਜਿਹੜੀਆਂ ਹੈ ਪੰਜਾਬੀ ਜੁੱਤੀਆਂ ਖਰੀਦੀਆਂ ਹੈ, ਉਹ ਜ਼ਰੂਰ ਹਾਜ਼ਰੀ ਲਵਾਇਓ ਆਪਣਾ ਨਾਂ ਲਿਖ ਕੇ। ਹਾਂ, ਜੇਕਰ ਤੁਸੀਂ ਇਹਨਾਂ ਸ਼ਖਸੀਅਤਾਂ ਦੇ ਬਾਰੇ ਵੀ ਕੁਛ ਲਿਖਣਾ ਚਾਹੁੰਦੇ ਹੋ, ਜ਼ਰੂਰ ਲਿਖਿਓ। ਦੇਖੋ, ਪੀੜ੍ਹੀ ਦਰ ਪੀੜ੍ਹੀ ਕੰਮ ਕਰਦੇ ਆ ਰਹੇ ਨੇ, ਬਹੁਤ ਵੱਡੀ ਗੱਲ ਹੈ, ਪੰਜਾਬੀ ਵਿਰਸੇ ਨੂੰ ਸੰਭਾਲ ਕੇ ਬੈਠੇ ਨੇ। ਕੋਈ ਸਮਾਂ ਸੀ ਵਿੱਚ ਜੇ ਕਿ ਪੰਜਾਬੀ ਜੁੱਤੀਆਂ ਦਾ ਰਿਵਾਜ਼ ਘੱਟ ਗਿਆ ਸੀ, ਪਰ ਫਿਰ ਇਹਨਾਂ ਨੇ ਆਪਣੇ ਕੰਮ ਨੂੰ ਜਾਰੀ ਰੱਖਿਆ। ਹਰੇਕ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਜੁੱਤੀ ਬਣਦੀ ਹੈ, ਇਹਨਾਂ ਵਰਕਰਸ ਨੂੰ ਸਲੂਟ ਬਣਦਾ, ਇਹਨਾਂ ਲੋਕਾਂ ਨੂੰ ਸਲੂਟ ਬਣਦਾ ਕਿ ਇਹਨਾਂ ਨੇ ਕੰਮ ਨਹੀਂ ਛੱਡਿਆ ਅਤੇ ਫਿਰ ਰਿਵਾਜ਼ ਚੱਲ ਪਿਆ। ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, US ਦੇ ਵਿੱਚ, ਜਰਮਨੀ ਦੇ ਵਿੱਚ, ਇਟਲੀ ਦੇ ਵਿੱਚ, ਲੋਕ ਜਿਹੜੇ ਹੈ ਪੰਜਾਬੀ ਜੁੱਤੀਆਂ ਦੇ ਫੈਨ ਹੈ। ਇੱਥੋਂ ਤੱਕ ਕਿ ਅੰਗਰੇਜ਼ ਵੀ ਜਿਹੜੇ ਹੈ ਪੰਜਾਬੀ ਜੁੱਤੀਆਂ ਪਾਉਣ ਲੱਗ ਪਏ। ਕਿਉਂ ਸਰਪੰਚ ਸਾਹਿਬ ਜੀ? ਤਾਂ ਤੁਸੀਂ ਕਰਿਓ ਕਮੈਂਟ, ਔਰ ਜੇਕਰ ਤੁਸੀਂ ਪੰਜਾਬੀ ਜੁੱਤੀ ਖਰੀਦਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਸੁਣਾਉਂਦੇ ਹਾਂ ਤੁਹਾਨੂੰ। ਅਮਰਿੰਦਰ ਜੀ, ਆਪਣਾ ਨੰਬਰ ਬੋਲ ਦਿਓ, ਮੋਬਾਈਲ ਨੰਬਰ ਜੀ। 98-55-88-35। ਇੱਕ ਵਾਰ ਫੇਰ ਬੋਲ ਦਿਓ ਜੀ, 98-55-92-88-35। ਲਓ ਜੀ, ਜੇਕਰ ਸਾਡਾ ਨਾਂ ਲੈ ਕੇ ਕਹਿ ਲਵੇ ਚੈਨਲ ਤੋਂ ਤੁਹਾਡਾ ਵੀਡੀਓ ਦੇਖਿਆ, ਥੋੜ੍ਹਾ ਬਹੁਤ ਡਿਸਕਾਊਂਟ ਕਰ ਦੂੰਗੇ।
ਹਾਂਜੀ ਕਰ ਦੋਗੇ? ਭਾਈ ਤਾੜੀਆ ਜੀ, ਕਮਾਲ ਦੀ ਗੱਲ ਹੈ। ਡਿਸਕਾਊਂਟ ਵੀ ਹੋ ਜੂਗਾ ਜੀ, ਕੋਈ ਐਸੀ ਗੱਲ ਨਹੀਂ। ਕਿੱਦਾਂ ਦਾ ਲੱਗਿਆ ਵੀਡੀਓ, ਕਿੱਦਾਂ ਦੀ ਲੱਗੀ ਗੱਲਬਾਤ, ਕਿਸ ਸ਼ਹਿਰ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ? ਹਾਂ, ਜ਼ਰੂਰ ਕਮੈਂਟ ਕਰਿਓ ਕਿ ਹੋਰ ਪੰਜਾਬ ਦੇ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਪੰਜਾਬੀ ਜੁੱਤੀ ਮਸ਼ਹੂਰ ਹੈ। ਜੇਕਰ ਤੁਸੀਂ ਹਰਿਆਣੇ ਤੋਂ ਵਲੌਗ ਦੇਖ ਰਹੇ ਹੋ ਤਾਂ ਹਰਿਆਣੇ ਦੇ ਸ਼ਹਿਰਾਂ ਦੇ ਨਾਂ, ਪਿੰਡਾਂ ਦੇ ਨਾਂ, ਇਲਾਕਿਆਂ ਦੇ ਨਾਂ ਲਿਖਿਓ, ਕਿਉਂਕਿ ਦੂਰ ਦੂਰ ਤੱਕ ਸਾਡੇ ਵਲੌਗਸ ਦੇਖੇ ਜਾ ਰਹੇ ਨੇ। ਹਾਂ, ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਧੰਨਵਾਦ ਜੀ, ਸ਼ੁਕਰੀਆ ਜੀ।